ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਕਲਚਰ ਐਂਡ ਹੈਰੀਟੇਜ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਅੱਜ ਮੈਂ ਬਹੁਤ ਡਿਫਰੈਂਟ ਜਿਹੀ ਪਲੇਸ ਉੱਤੇ ਆਇਆ ਵਾਂ ਪਹਿਲੇ ਮੈਂ ਆ ਕੇ ਪੂਰੀ ਮੰਡੀ ਦਾ ਜਾਇਜ਼ਾ ਲਿਆ ਔਰ ਉਸ ਤੋਂ ਬਾਅਦ ਜਿਹੜਾ ਮੈਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਇਹ ਦੇਖੋ ਮੇਰੇ ਸਾਹਮਣੇ ਖੋਤੇ ਖੋਤਿਆਂ ਦੀ ਮੰਡੀ ਲੱਗੀ ਹੋਈ ਹੈ ਗੁਜਰਾਂਵਾਲਾ ਤੋਂ ਬਾਹਰ ਅਗਰ ਤੁਸੀਂ ਆਓ ਰਾਹਵਾਲੀ ਬਾਈਪਾਸ ਤੋਂ ਅੱਗੇ ਨਿਕਲੋ ਅਤੇ ਥੋੜ੍ਹਾ ਜਿਹਾ ਅੱਗੇ ਤੁਸੀਂ ਅੱਗੇ ਆਉਂਦੇ ਹੋ ਲੈਫਟ ਸਾਈਡ ਦੇ ਉੱਤੇ ਇੱਕ ਬੜੀ ਵੱਡੀ ਮੰਡੀ ਹੈ ਜਿਹਦੇ ਵਿੱਚ ਬੱਕਰੇ ਮੱਝਾਂ ਗਾਵਾਂ ਖੋਤੇ ਖੱਚਰ ਘੋੜੇ ਹਰ ਜੀਵ ਦੀ ਜਿਹੜੀ ਹੈ ਉਹ ਮੰਡੀ ਲੱਗਦੀ ਹੈ ਜਿਹੜੇ ਕਿ ਘਰ ਦੇ ਵਿੱਚ ਪਾਲੇ ਜਾਂਦੇ ਨੇ ਜਾਂ ਜਿਹਨਾਂ ਕੋਲੋਂ ਪਸ਼ੂਆਂ ਕੋਲੋਂ ਕੰਮ ਲਿਆ ਜਾਂਦਾ ਉਹ ਤੁਸੀਂ ਇਹ ਦੇਖੋ ਤੁਹਾਨੂੰ ਖੋਤੇ ਵੀ ਮਿਲਣਗੇ ਖੋਤੇ ਰੇੜੀਆਂ ਵੀ ਮਿਲਣਗੀਆਂ ਹਰ ਕਿਸਮ ਦੀ ਜਿਹੜੀ ਹੈ ਪੰਜਾਬੀ ਕਲਚਰ ਐਂਡ ਹੈਰੀਟੇਜ ਦੇ ਵਿੱਚ ਜਿਹੜਾ ਹੈ ਇੱਕ ਮੇਰਾ ਇੱਕ ਡਿਫਰੈਂਟ ਕਿਸਮ ਦੀ ਵੀਡੀਓ ਉਮੀਦ ਹੈ ਕਿ ਪਹਿਲੇ ਜਿਹੜਾ ਇਸ ਸੀਜ਼ਨ ਪਹਿਲੇ ਜਿਹੜੀ ਹੈ ਪਹਿਲੇ ਸ਼ਾਇਦ ਵੀਡੀਓ ਕੋਈ ਸਾਹਮਣੇ ਨਾ ਆਈ ਹੋ ਬੜੀ ਇੰਟਰਸਟਿੰਗ ਇਹ ਕਿ ਖੋਤੇ ਦਾ ਨਾਮ ਆਉਂਦੇ ਹੀ ਵੈਸੇ ਹੀ ਹੱਸੀ ਆ ਜਾਂਦੀ ਹੈ ਲੇਕਿਨ ਬਰਕੈਫ ਇੱਕ ਜੀਵ ਹੈ ਔਰ ਬਹੁਤ ਜ਼ਿਆਦਾ ਇਹਨੂੰ ਯੂਜ਼ ਕੀਤਾ ਜਾਂਦਾ ਹੈ ਟਰਾਂਸਪੋਰਟੇਸ਼ਨ 'ਚ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਪੱਠੇ ਦੱਥੇ ਦੇ ਵਿੱਚ ਪੰਜਾਬੀ ਜੱਟ ਜ਼ਿੰਮੇਦਾਰ ਜਿਹੜਾ ਇਹਦੇ ਬਗੈਰ ਅਧੂਰਾ ਹੈ ਸਸਤਾ ਹੀ ਮੁੱਲ ਹੈ ਜੀ ਖੋਤਾ 10,000 ਦਾ ਆਹੋ 15,000 ਦਾ ਤਾਂ ਗੋਸ਼ਾ ਤਾਂ ਹੋ ਜਾਂਦਾ ਇਹਦਾ ਰੇੜਾ ਕਿੰਨੇ ਦਾ ਨਵਾਂ ਜੀ 15,000 15 ਦੀ 10-25,000 ਦੇ ਵਿੱਚ ਕਾਰੋਬਾਰ ਸ਼ੁਰੂ ਦੇਖੋ ਬੜਾ ਸਸਤਾ ਮੈਨੂੰ ਤਾਂ ਸੁਣਿਆ ਸੀ 35,000 ਦੀ ਰੇੜੀ 35,000 ਦਾ ਖੋਤਾ 70,000 ਦਾ ਹੋ ਗਿਆ ਲੇਕਿਨ ਉਹ ਦੱਸ ਰਹੇ ਨੇ ਕਿ ਇਹ 15,000 ਦਾ ਖੋਤਾ ਔਰ 10,000 ਦਾ ਖੋਤਾ ਅਤੇ 15 ਦੀ ਰੇੜੀ 25,000 ਰੁਪਏ ਦੇ ਵਿੱਚ ਲੋਕਲ ਟਰਾਂਸਪੋਰਟੇਸ਼ਨ ਜਿਹੜੀ ਹੈ ਤੁਹਾਨੂੰ ਮਿਲ ਸਕਦੀ ਹੈ ਓਨਲੀ $250 $250 ਦੇ ਅੰਦਰ ਪੰਜਾਬੀ ਟ੍ਰੈਡੀਸ਼ਨ ਔਰ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਨੇ ਲੇਕਿਨ ਇੱਕ ਚੀਜ਼ ਹੈ ਖਾਸ ਜਿਹਨੂੰ ਕਿ ਲੱਡੂਆਂ ਨਾਲ ਬਹੁਤ ਜ਼ਿਆਦਾ ਸਾਰੇ ਲੋਕਾਂ ਦੀਆਂ ਜਿਹੜੀਆਂ ਨੇ ਉਹ ਜ਼ਿਆਦਾ ਜੁੜੀਆਂ ਹੋਣਗੀਆਂ ਇਹ ਲੱਡੂ ਔਰ ਉਹ ਬਣੀ ਹੋਈ ਬੱਕਰੀ ਪੰਜਾਬ ਦੀ ਇੱਕ ਪਹਿਚਾਣ ਹੈ ਔਰ ਸਾਡੇ ਕਲਚਰ ਦਾ ਹਿੱਸਾ ਨਾਲ ਉਹ ਦੇਖੋ ਤੁਸੀਂ ਸਜਰੀ ਸਜਰੀ ਚਾਹ ਪੀਤੀ ਜਾ ਰਹੀ ਹੈ ਇਹ ਮਾਰਕੀਟ ਦੇ ਅੰਦਰ ਜਿਹੜਾ ਜਿਹੜੀ ਮੰਡੀ ਲੱਗੀ ਹੈ ਪਸ਼ੂਆਂ ਦੀ ਉਹਦੇ ਅੰਦਰ ਜਿਹੜਾ ਇਹ ਸਾਰਾ ਕੁਛ ਦਿਖਾਇਆ ਜਾ ਰਿਹਾ ਔਰ ਖਾਧਾ ਜਾ ਰਿਹਾ ਗੱਲ ਹੋ ਰਹੀ ਸੀ ਲੱਡੂ ਲੱਡੂ ਅਗਰ ਤੁਸੀਂ ਦੇਖਿਆ ਜਾਏ ਪੰਜਾਬੀ ਕਲਚਰ ਐਂਡ ਹੈਰੀਟੇਜ ਦੇ ਵਿੱਚ ਇੱਕ ਬਹੁਤ ਹੀ ਇੱਕ ਜਿਹੜੀ ਸਵੀਟ ਜਿਹਨੂੰ ਕਿ ਪੰਜਾਬ ਦੇ ਨਾਲ ਅਟੈਚ ਕੀਤਾ ਜਾਂਦਾ ਅਤੇ ਉਹ ਵਾਹਿਦ ਜਾਂ ਤਾਂ ਗੁੜ ਹੈ ਅਤੇ ਜਾਂ ਫਿਰ ਉਸ ਤੋਂ ਬਾਅਦ ਲੱਡੂ ਹੈ ਔਰ ਤੀਸਰੀ ਚੀਜ਼ ਜਿਹੜੀ ਹੈ ਉਹ ਜਲੇਬੀ ਹੈ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਕਲਚਰ ਐਂਡ ਹੈਰੀਟੇਜ ਉਸ ਤੋਂ ਬਾਅਦ ਨਾਲ ਨਾਲ ਵਿਕਦੀ ਹੈ ਆਲੂ ਦੀ ਟਿੱਕੀ ਇਹ ਵਿਕਰੀ ਆਲੂ ਦੀ ਟਿੱਕੀ ਔਰ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਵਾਂ ਡਿਫਰੈਂਟ ਚੀਜ਼ ਜਿਹੜੀ ਸੀ ਮੇਰੀ ਪੰਜਾਬੀ ਕਲਚਰ ਐਂਡ ਹੈਰੀਟੇਜ ਦੇ ਵਿੱਚ ਕਿ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਕਾਮਾ ਜਾਨਵਰ ਜਿਹੜਾ ਖੋਤਾ ਉਹਦੇ ਉਹਨੂੰ ਉਹਦਾ ਨਾਮ ਸੁਣ ਕੇ ਲੋਕ ਹੱਸਦੇ ਨੇ ਲੋਕ ਟਿਚਰ ਕਰਦੇ ਨੇ ਫਲਾਣਿਆਂ ਤੂੰ ਖੋਤੇ ਵਰਗਾ ਫਲਾਣਿਆਂ ਤੂੰ ਇਸ ਤਰ੍ਹਾਂ ਲੇਕਿਨ ਕਦੀ ਇਸ ਜਾਨਵਰ ਦੀ ਅਹਿਮੀਅਤ ਦੇ ਉੱਤੇ ਰੋਸ਼ਨੀ ਪਾਈ ਜਾਏ ਅਤੇ ਬਹੁਤ ਬਹੁਤ ਮਿਹਨਤੀ ਇੰਨਾ ਮਿਹਨਤੀ ਜਾਨਵਰ ਸ਼ਾਇਦ ਜਾਨਵਰਾਂ ਵਿੱਚੋਂ ਕੋਈ ਹੋਵੇ ਜਿੰਨੇ ਦੇ ਵਿੱਚ ਖੋਤਾ ਹੈ ਇਹ ਦੇਖੋ ਖੋਤਿਆਂ ਦੀ ਲੱਗੀ ਹੋਈ ਇੱਕ ਮੰਡੀ ਹੈ ਔਰ ਇਹਦੇ ਵਿੱਚ ਵੇਚੇ ਜਾ ਰਹੇ ਨੇ ਖੋਤੇ ਡਿਫਰੈਂਟ ਕਿਸਮ ਦੇ ਖੋਤੇ ਨੇ ਭਾਅ ਜੀ ਇਹ ਵੱਡਾ ਖੋਤਾ ਕਿੰਨੇ ਦਾ ਜੀ 45,000 ਅੱਛਾ ਇਹ 45,000 ਦਾ ਉਹ ਦੇਸੀ ਨਸਲ ਦਾ ਜਿਹੜਾ ਛੋਟਾ ਖੋਤਾ ਹੈ ਉਹਦੀ 15,000 ਕੀਮਤ ਸੀ 2,000 ਦਾ ਵੀ ਲੱਭ ਜਾਂਦਾ ਗੱਲ ਉਹੀ ਕੀਤੀ ਜਾ ਰਹੀ ਹੈ ਕਿ ਵੀ ਜੈਸਾ ਕੰਮ ਵੈਸਾ ਦਾਮ ਇਹ ਵੱਡੇ ਨੇ ਉੱਚੀ ਨਸਲ ਦੇ ਨੇ ਲਿਹਾਜ਼ਾ ਇਹਨਾਂ ਦੀ ਕੀਮਤ ਜਿਹੜੀ ਹੈ ਉਹ ਜ਼ਿਆਦਾ ਹੈ ਔਰ ਉਸ ਤੋਂ ਬਾਅਦ ਜਦੋਂ ਛੋਟੇ ਆ ਜਾਂਦੇ ਨੇ ਤਾਂ ਛੋਟਿਆਂ ਦੀ ਕੀਮਤ ਜਿਹੜੀ ਉਹਨਾਂ ਤੋਂ ਘੱਟ ਹੈ ਭਾਅ ਜੀ ਕਿੰਨੇ ਦਾ ਖੋਤਾ ਹੈ 6,000 ਦਾ ਬੜਾ ਸਸਤਾ ਵੈਸੇ ਛੋਟਾ ਇਸ ਵਾਸਤੇ ਲਓ ਜੀ 6,000 ਓਨਲੀ $60 ਦੇ ਵਿੱਚ ਵੀ ਅਵੇਲੇਬਲ ਹੈ
ਬਾਬਾ ਜੀ ਤੁਸੀਂ ਖੋਤਾ ਲੈਣ ਲਈ ਆਏ ਕਿ ਵੇਚਣ ਲਈ? ਨਾ ਵੇਚਣ ਲਈ ਤੇ ਨਾ ਤੇਰਾ ਵਿਖਿਆ ਨੀ ਕਿੰਨੇ ਦਾ ਵੇਚਿਆ ਜੀ ਉਹ ਪਹਿਲਾਂ? ਇਹ ਕਿੰਨੇ ਦਾ ਵੇਚਣਾ? 50,000 ਦਾ। ਗੱਲ ਆ ਰਹੀ ਸੀ ਪੰਜਾਬੀ ਕਲਚਰ ਐਂਡ ਹੈਰੀਟੇਜ ਦੀ ਕਿ ਹਰ ਰੰਗ ਦਾ ਹਰ ਨਸਲ ਦਾ ਬੰਦਾ ਇੱਥੇ ਮੌਜੂਦ ਹੈ, ਸਿਰਫ ਆਪਣੇ ਆਪਣੇ ਜਾਨਵਰਾਂ ਨੂੰ ਲੈ ਕੇ ਆਇਆ ਹੋਇਆ ਔਰ ਆਪਣੇ ਆਪਣੇ ਜਾਨਵਰ ਜਿਹੜੇ ਨੇ ਉਹ ਵੇਚਣ ਵਾਸਤੇ ਜਿਹੜਾ ਉਹ ਬੈਠਾ ਹੋਇਆ। ਗੱਲ ਜਦੋਂ ਪੰਜਾਬ ਦੀ ਆਉਂਦੀ ਹੈ ਤਾਂ ਨਾਲ ਹੀ ਪੰਜਾਬ ਦੀਆਂ ਦੇ ਵਿੱਚ ਕਲਚਰ ਐਂਡ ਹੈਰੀਟੇਜ ਦੇ ਅੰਦਰ ਜਿਹੜੀਆਂ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਉਹਨਾਂ ਦੀਆਂ ਅਹਿਮੀਅਤ ਨੂੰ ਉਜਾਗਰ ਕਰਨ ਦੀ ਜ਼ਰੂਰਤ ਹੈ ਔਰ ਉਹਨਾਂ ਲੋਕਾਂ ਦੇ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ ਜਿਹੜਾ ਕਿ ਇਹਨਾਂ ਤੋਂ ਛੋਟੇ ਮੋਟੇ ਕੰਮ ਲੈ ਕੇ ਅਤੇ ਪੰਜਾਬ ਨੂੰ ਹਾਈਲਾਈਟ ਕਰਦੇ ਨੇ। ਦੇਖੋ ਹਰ ਕੋਈ ਜਿਹੜਾ ਉਹ ਆਪਣੇ ਰੰਗ ਵਿੱਚ ਹੈ। ਬਾਬਾ ਜੀ ਕਿੰਨੇ ਦਾ ਜੇ ਖੋਤਾ? ਕਿੰਨੇ ਦਾ ਜੇ? ਮਹਿੰਗਾ ਨਹੀਂ ਜ਼ਿਆਦਾ, ਵੱਡਾ ਇਸ ਵਾਸਤੇ ਇਹ ਖੋਤਾ 40,000 ਦਾ ਜੀ, ਖਰਚੇ ਦੇ ਬਰਾਬਰ ਹੈ ਜਿਹੜਾ। ਟਿਪੀਕਲ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਮੈਂ ਪਹਿਲਵਾਨਾਂ ਦੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਆਇਆ ਹਾਂ। ਗੁਜਰਾਂਵਾਲਾ ਦੀ ਸਭ ਤੋਂ ਵੱਡੀ ਜਿਹੜੀ ਪਸ਼ੂ ਮੰਡੀ ਹੈ ਉਹਦੇ ਵਿੱਚ ਹੈ। ਪਹਿਲੇ ਤੁਹਾਨੂੰ ਮੈਂ ਦਿਖਾਇਆ ਕਿ ਲੇਲੇ, ਬੱਕਰੇ, ਛਤਰੇ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਵੇਚੇ ਜਾਂਦੇ ਨੇ ਔਰ ਉਹਨਾਂ ਦੀਆਂ ਮੰਡੀਆਂ ਕਿਸ ਤਰੀਕੇ ਨਾਲ ਲੱਗਦੀਆਂ ਨੇ, ਅਤੇ ਉਸੇ ਮੰਡੀ ਨੂੰ ਲੈ ਕੇ ਮੈਂ ਅੱਗੇ ਟੁਰਿਆ ਅਤੇ ਮੈਂ ਆ ਗਿਆ ਅੱਜ ਖੋਤਿਆਂ ਦੀ ਮੰਡੀ ਵਿੱਚ। ਇਸ ਤੋਂ ਅੱਗੇ ਤੁਹਾਨੂੰ ਮਿਲਣਗੇ ਘੋੜੇ, ਖੱਚਰ, ਇੱਕ ਹੋ ਰਹੀ ਹੈ ਡੀਲ ਖੋਤੇ ਦੀ। ਭਾਜੀ ਕਿੰਨੇ ਦਾ ਵਿਕਿਆ? ਲੈ ਰਹੇ ਹਾਂ। ਕਿੰਨੇ ਦਾ ਦੇ ਰਹੇ ਨੇ? ਉਹ ਕਿੰਨੇ ਮੰਗ ਰਹੇ ਨੇ? ਅੱਛਾ, ਮੰਗੇ ਨਹੀਂ ਹਲੇ ਆ। ਤੇ ਕੀ ਮੰਡੀ ਤੇਜ਼ ਏ ਜਾਂ ਮੰਡੀ ਜੀ ਜਿਹੜੀ ਮੱਝ ਵਧੀਆ ਨਾ, ਚੰਗੀ ਮੱਝ ਜਿਹੜੀ, ਉਹ ਮੱਝ ਤੇ 2 ਲੱਖ ਤੋਂ ਘੱਟ ਲੱਭ ਨਹੀਂ ਰਹੀ ਤੇ ਵਪਾਰੀ ਬਹੁਤ ਪਰੇਸ਼ਾਨ ਹੋਏ ਪਏ। ਜਿਹੜੀ ਉਂਝ ਦੀ ਮੱਝ ਹਲਕੀ ਫੁਲਕੀ ਏ, ਉਹ 90 ਦੀ, 80 ਦੀ, 70 ਦੀ, ਉਹ ਫਿਰ ਜਿਹਨੇ ਕੋਈ 70-80 ਲਾਉਣਾ ਉਹਦੇ ਵਾਸਤੇ ਪਰੇਸ਼ਾਨੀ ਆਉਣੀ ਹੈ। ਜਿਹਨੇ 2 ਲੱਖ ਲਾਉਣਾ ਉਹਨੇ ਕੋਈ ਸਾਲ ਚੋਲ ਨਹੀਂ ਮੱਝ ਸਹੀ ਵਧੀਆ। ਮੈਂ ਪਈ ਹੋਰੀ ਲੈਣਾ ਸੀ ਮੱਝ, ਔਰ ਮੱਝ ਦੇ ਮਤਲਬ ਦੱਸ ਰਹੇ ਨੇ ਕਿ ਵੀ ਮੱਝ ਬਹੁਤ ਪਰੇਸ਼ਾਨੀ ਹੈ, ਵਪਾਰੀ ਬਹੁਤ ਪਰੇਸ਼ਾਨ, ਅਸੀਂ ਵੀ ਵਪਾਰੀ ਹਾਂ ਸਰ, ਸਾਨੂੰ ਵੀ ਮੱਝਾਂ ਦਾ ਹੀ ਕਾਰੋਬਾਰ। ਸਾਨੂੰ 120 ਰੁਪਏ ਕਿਲੋ ਦੁੱਧ ਮਿਲਦਾ ਤੇ ਕੀ ਗੱਲ ਹੈ, ਸਾਡੀ ਕੀ ਜ਼ਿਆਦਤੀ ਹੈ? ਬਿਲਕੁਲ ਜ਼ਿਆਦਤੀ ਹੈ, ਤੇ ਪਾਣੀ ਵਾਲਾ ਵੀ ਲੱਭਦਾ ਪਿਆ 120 ਵੀ 120 ਰੁਪਏ, ਉਹਦੇ 'ਚ ਕਰੀਮ ਨਿਕਲੀ ਹੁੰਦੀ ਹੈ, ਉਂਝ ਦੁੱਧ ਦਾ ਜਿਹੜਾ ਤਾਸਰਾ ਸਾਰਾ ਖਤਮ ਹੁੰਦਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਮੈਂ ਤੁਹਾਨੂੰ ਦਿਖਾ ਰਿਹਾ ਅੱਜ ਪਸ਼ੂ ਮੰਡੀ ਗੁਜਰਾਂਵਾਲਾ ਤੋਂ ਥੋੜ੍ਹਾ ਅੱਗੇ ਖੈਲੀ ਬਾਈਪਾਸ ਦੇ ਨਾਲ ਖੱਬੇ ਪਾਸੇ ਜਿਹੜੀ ਹੈ ਉਹ ਇਹ ਮੰਡੀ ਲੱਗਦੀ ਹੈ ਜਿਹਦੇ ਵਿੱਚ ਮੁਖਤਲਿਫ ਕਿਸਮ ਦੇ ਜਾਨਵਰ ਨੇ, ਮੱਝਾਂ ਨੇ, ਘੋੜੇ ਨੇ, ਖੋਤੇ ਨੇ, ਤਮਾਮ ਕਿਸਮ ਦੇ ਜਾਨਵਰ ਨੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ।